ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ ਨਮਸਕਾਰ। ਤੁਹਾਡਾ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਜਿਹੜੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ, ਇਟਲੀ ਦੇ ਨਾਲ ਸੰਬੰਧਿਤ ਜਾਣਕਾਰੀ ਆਪਾਂ ਲੈ ਕੇ ਆਏ ਹਾਂ ਅਤੇ ਤੁਸੀਂ ਵੀਡੀਓ ਨੂੰ ਪੂਰਾ ਹੀ ਦੇਖਿਓ। ਵੀਡੀਓ ਕੋਸ਼ਿਸ਼ ਕੀਤੀ ਹੈ ਕਿ 1-2 ਮਿੰਟ ਦੇ ਵਿੱਚ ਹੀ ਸਾਰੀ ਖਤਮ ਕੀਤੀ ਜਾਵੇ। ਤੁਹਾਨੂੰ ਪਤਾ ਹੈ ਕਿ ਯੂਰਪ ਦੇ ਵਿੱਚ ਸਭ ਤੋਂ ਜਿਹੜੀ ਵਧੀਆ ਖੇਡ ਕਿਹੜੀ ਪਸੰਦ ਕੀਤੀ ਜਾਂਦੀ, ਉਹ ਹੈ ਜੀ ਫੁੱਟਬਾਲ। ਫੁੱਟਬਾਲ ਇੱਕ ਤਰ੍ਹਾਂ ਆਪਾਂ ਇਹ ਕਹਿ ਸਕਦੇ ਕਿ ਯੂਰਪੀਨ ਲੋਕਾਂ ਦੀ ਇੱਕ ਤਰ੍ਹਾਂ ਦੀ ਜਾਨ ਹੈ ਜੀ ਇਸ ਦੇ ਵਿੱਚ। ਹੁਣ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਟਲੀ ਦੇ ਬਾਰੇ ਤੁਹਾਨੂੰ ਇੱਕ ਵੱਡੀ ਖਬਰ ਦੱਸਾਂਗੇ ਕਿ ਜਿਹਦੇ ਨਾਲ ਅੱਜ ਇਟਲੀ ਦੇ ਵਿੱਚ ਇੱਕ ਜਸ਼ਨ ਦਾ ਮਾਹੌਲ ਬਣ ਚੁੱਕਾ ਹੈ। ਇਸ ਤੋਂ ਪਹਿਲਾਂ ਕਿ ਅੱਗੇ ਚੱਲੀਏ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦਿਓ। ਬੀਤੇ ਕੱਲ੍ਹ ਜਿੱਦਾਂ ਕਿ ਕੱਲ੍ਹ ਜਿਹੜਾ ਯੂਰੋ 2020 ਦਾ ਜਿਹੜਾ ਚੈਂਪੀਅਨਸ਼ਿਪ ਦਾ ਜਿਹੜਾ ਮੈਚ ਹੋਇਆ ਸੀ, ਜਿਹੜਾ ਕਿ ਇਟਲੀ ਔਰ ਸਪੇਨ ਦੇ ਦਰਮਿਆਨ ਹੋਇਆ ਸੀ, ਇਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਦੋਨਾਂ ਹੀ ਟੀਮਾਂ ਨੇ ਜਿਹੜਾ ਪ੍ਰਦਰਸ਼ਨ ਬਹੁਤ ਵਧੀਆ ਕੀਤਾ। ਇੱਥੇ ਸਾਨੂੰ ਇਹ ਵੀ ਦੱਸ ਸੀ ਕਿ ਜਿਹੜਾ ਮੈਚ ਹੋਇਆ ਵੈਂਬਲੀ ਸਟੇਡੀਅਮ, ਜਿਹੜਾ ਵੈਂਬਲੀ ਵਿੱਚ ਹੋਇਆ ਹੈ ਯੂਕੇ ਦੇ ਵਿੱਚ, ਜਿੱਥੇ ਕਿ ਤਕਰੀਬਨ 60,000 ਦੇ ਕਰੀਬ ਜਿਹੜੇ ਲੋਕ ਸਨ ਮੈਚ ਦੇਖਣ ਦੇ ਵਾਸਤੇ ਆਏ ਹੋਏ ਸਨ। ਅਤੇ ਇਸ ਨੇ ਇੱਕ ਚੀਜ਼ ਹੋਰ ਵੀ ਦੱਸੀ, ਇਹਦੇ ਵਿੱਚ ਜ਼ਿਆਦਾਤਰ ਇਟਲੀ ਤੋਂ ਲੋਕ ਨਹੀਂ ਗਏ ਸਨ। ਤਕਰੀਬਨ ਜਿਹੜੇ ਯੂਕੇ ਵਿੱਚ ਇਟਲੀ ਦੇ ਲੋਕ ਰਹਿੰਦੇ ਹਨ, ਤਕਰੀਬਨ ਦੱਸਿਆ ਜਾ ਰਿਹਾ ਕਿ 11,000 ਦੇ ਆਸ ਪਾਸ ਜਿਹੜੇ ਲੋਕ ਸਨ ਯੂਕੇ ਦੇ ਵਿੱਚੋਂ ਹੀ ਇਕੱਠੇ ਹੋ ਕੇ ਜਿਹੜੇ ਇਟਾਲੀਅਨ ਲੋਕ ਸਨ ਸਟੇਡੀਅਮ ਵਿੱਚ ਪਹੁੰਚੇ ਹੋਏ ਸਨ ਲੋਕਾਂ ਦੀ ਹੌਸਲਾ ਅਫਜਾਈ ਦੇ ਵਾਸਤੇ। ਅਤੇ ਇਸ ਤਰ੍ਹਾਂ ਸਪੇਨ ਦੇ ਵੀ ਤਕਰੀਬਨ ਸਪੇਨੀ ਜਿਹੜੇ ਲੋਕ ਸਨ ਉਹ ਵੀ 9,000 ਦੇ ਕਰੀਬ ਜਿਹੜੇ ਸਟੇਡੀਅਮ ਵਿੱਚ ਪਹੁੰਚ ਚੁੱਕੇ ਸਨ, ਅਤੇ ਬਾਕੀ ਸਟੇਡੀਅਮ ਜਿਹੜਾ ਸੀ 40,000 ਦੇ ਕਰੀਬ ਜਿਹੜਾ ਲੋਕ ਸਨ ਉਹ ਹੋਰਨਾਂ ਨੈਸ਼ਨੈਲਿਟੀਆਂ ਦੇ ਨਾਲ ਸੰਬੰਧਿਤ ਸਨ। ਬਾਕੀ ਇਹਦੇ ਵਿੱਚ ਜਿਹੜਾ ਰਿਜ਼ਲਟ ਇਸ ਤਰ੍ਹਾਂ ਹੋਇਆ ਕਿ ਦੋਨਾਂ ਟੀਮਾਂ ਨੇ ਜਿਹੜਾ ਪ੍ਰਦਰਸ਼ਨ ਵਧੀਆ ਕੀਤਾ ਹੈ, ਇਹ ਜਿਹੜਾ ਮੈਚ ਹੋਇਆ ਹੈ ਜੀ ਸੈਮੀਫਾਈਨਲ ਹੋਇਆ ਸੀ, ਅਤੇ ਹੁਣ ਜਿਹੜੀ ਟੀਮ ਇਸ ਦੇ ਵਿੱਚੋਂ ਜਿੱਤੀ ਉਹ ਅੱਗੇ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਹੈ। ਮਤਲਬ ਹੁਣ ਇੱਕ ਲਾਸਟ ਮੁਕਾਬਲਾ, ਇਸ ਤੋਂ ਬਾਅਦ ਵਰਲਡ ਕੱਪ ਜਿਹੜਾ ਹੈ ਜੀ ਉਹਨੂੰ ਜਿੱਤਣ ਦੇ ਵਾਸਤੇ ਇੱਕ ਲਾਸਟ ਮੁਕਾਬਲਾ ਹੋਏਗਾ। ਇਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਇਟਲੀ ਅਤੇ ਸਪੇਨ ਜਿਹੜੇ ਸਨ ਇਹ ਬਰਾਬਰ ਦੋਨੇ ਹੀ ਰਹਿੰਦੇ ਹਨ, ਫਿਰ ਪੈਨਲਟੀ ਸ਼ੂਟ ਦੇ ਰਾਹੀਂ ਜਿਹੜੀ ਇੱਕ ਫਾਈਨਲ ਜਿਹੜਾ ਹੈ ਜੀ ਦੇਖਿਆ ਜਾਂਦਾ ਹੈ ਕਿ ਕਿਸ ਨੂੰ ਜਿਹੜਾ ਅੱਗੇ ਕੀਤਾ ਜਾਵੇ। ਪਹਿਲਾਂ ਦੋਨਾਂ ਹੀ ਟੀਮਾਂ ਨੇ ਜਿਹੜਾ ਇੱਕ ਇੱਕ ਗੋਲ ਕੀਤਾ ਅਤੇ ਇੱਕ ਇੱਕ ਦੀ ਪੋਜੀਸ਼ਨ ਦੇ ਉੱਤੇ ਬਰਕਰਾਰ ਰਹੇ। ਅਤੇ ਇਸ ਤੋਂ ਬਾਅਦ ਮੈਚ ਦਾ ਫੈਸਲਾ ਕਰਨ ਦੇ ਵਾਸਤੇ ਜਿਹੜਾ ਪੈਨਲਟੀ ਕੋਰਨਰ ਦਿੱਤਾ ਗਿਆ, ਉਹਦੇ ਵਿੱਚ ਇਟਲੀ ਨੇ 4 ਅੰਕ ਹਾਸਲ ਕੀਤੇ ਅਤੇ ਸਪੇਨ ਨੇ 2। ਇਸ ਤਰ੍ਹਾਂ ਜਿਹੜਾ ਇਟਲੀ ਸੀ ਇਸ ਮੈਚ ਦਾ ਵਿਜੇਤਾ ਬਣਿਆ। ਇਹਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਟਲੀ ਦਾ ਖਿਡਾਰੀ ਜਿਹੜਾ ਫੈਦਰੀਕੋ ਕੇਜ਼ਾ ਹੈ ਜੀ, ਇਸਨੇ ਜਿਹੜਾ ਪਹਿਲਾ ਗੋਲ ਇਸਨੇ ਕੀਤਾ ਸੀ ਅਤੇ ਬੜਤ ਜਿਹੜੀ ਇਟਲੀ ਨੂੰ ਇਸਨੇ ਹੀ ਦਵਾਈ ਸੀ। ਉਸ ਤੋਂ ਬਾਅਦ 80ਵੇਂ ਮਿੰਟ ਦੇ ਵਿੱਚ ਜਿਹੜਾ ਸਪੇਨ ਦਾ ਖਿਡਾਰੀ ਮੁਰਾਤਾ, ਇਸਨੇ ਵੀ ਜਿਹੜਾ ਗੋਲ ਕਰਕੇ ਸਾਰਾ ਮੈਚ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰੰਤੂ ਜਿਹੜੀ ਕੋਈ ਵੀ ਟੀਮ ਨਾ ਤਾਂ ਅੱਗੇ ਜਾ ਰਹੀ ਸੀ ਅਤੇ ਨਾ ਹੀ ਪਿੱਛੇ ਆ ਰਹੀ ਸੀ। ਅਤੇ ਜਿਹੜਾ ਜਿੱਤ ਹਾਰ ਦਾ ਫੈਸਲਾ ਪੈਨਲਟੀ ਸ਼ੂਟ ਆ ਸ਼ੂਟ ਆਊਟ ਦੇ ਰਾਹੀਂ ਹੀ ਕੀਤਾ ਗਿਆ। ਹੁਣ ਜਸ਼ਨ ਜਿਹੜਾ ਇਟਲੀ ਦੇ ਵਿੱਚ ਮਨਾਇਆ ਜਾ ਰਿਹਾ ਇਸ ਕਰਕੇ ਮਨਾਇਆ ਜਾ ਰਿਹਾ ਕਿਉਂਕਿ ਇਟਲੀ ਨੇ ਜਿਹੜੀ ਜਿੱਤ ਹਾਸਲ ਕੀਤੀ ਹੈ, ਜਿਹੜੀ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ,